होम मेकर ने उन्होंने हर महीने पंजाब सरकार वालों 2000 रुपया दिता जाएगा और 8 सिलेंडर फ्री दिते जाएंगे। असी उन्हां औरतां दी बाह फड़ांगे, उन्हां वास्ते 2000 रुपये महीने की स्कीम लेके आ रहे हैं। हर महीना हर महिला को हजार हजार रुपया मिलेगा, मजे आएंगे। कोई नहीं दिंदे पुत, कोई हजार नहीं दिंदा, कोई 2000 नहीं दिंदा, वोटां ने मारे सारे कर देने, कोई कुछ नहीं दिंदे हैगे। सानू किसी हजार की लोड़ नहीं हैगी, सानू तां सरकारी नौकरियां चाहीदियां ने बच्चों नू। ਬਾਰਾਂ ਤਾਂ ਸਭ ਮੁੱਕਰ ਜਾਣਗੇ ਵੀਰ ਜੀ, ਜਦੋਂ ਕੁਰਸੀ ਮਿਲ ਗਈ ਕੋਈ ਨਹੀਂ ਪੁੱਛਦਾ ਕਿਸੇ ਨੂੰ। ਹੁਣ ਤੱਕ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ, ਹੁਣ ਵੋਟਾਂ ਦੇ ਮਾਰੇ ਹੱਥ ਬਨਵਾਣਾ ਸਭ ਦੇ ਹੁੰਦੇ ਆ, ਉਹ ਕਿਉਂ ਆਉਂਦੇ ਕੁਰਸੀ ਦੇ ਮਾਰੇ? ਇਲੈਕਸ਼ਨ ਹੁੰਦੇ ਨੇ, ਸਾਰੀ ਕਰਦੇ ਨੇ, ਤਾਂ ਉਦੋਂ ਪਤਾ ਚੱਲਦਾ ਜਦੋਂ ਅਗਲਾ ਵੀ ਕੁਰਸੀ 'ਤੇ ਬੈਠਦਾ ਹੈਗਾ, ਕਿਉਂਕਿ ਵਾਅਦੇ ਤਾਂ ਸਾਰੇ ਕਰਦੇ ਨੇ ਪਰ ਪੂਰਾ ਤਾਂ ਕੋਈ ਨਹੀਂ ਕਰਦਾ। ਕਿਉਂਕਿ ਖੁਦ ਮੈਂ ਆਪ ਪੜ੍ਹੀ ਲਿਖੀ MCA ਕਰ ਰਹੀ ਹਾਂ ਕਿ ਹੁਣ ਤੱਕ ਸਟੂਡੈਂਟ ਨੂੰ ਕੋਈ ਫਾਇਦਾ ਨਹੀਂ ਹੋਇਆ, ਇੰਨੀਆਂ ਸਰਕਾਰਾਂ ਹੈਗੀਆਂ, ਕੋਈ ਜੋਬ ਨਹੀਂ, ਬਹੁਤ ਸਾਰੇ ਪੇਪਰ ਦੇ ਅਤੇ ਕੋਈ ਫਾਇਦਾ ਨਹੀਂ ਹੈਗਾ, ਕੋਈ ਗੌਰਮੈਂਟ ਜੋਬ ਨਹੀਂ ਨਿਕਲਦੀ ਹੈਗੀ, ਕੋਈ ਫਾਇਦਾ ਨਹੀਂ ਹੈਗਾ। ਦੇਖੋ ਸਾਰੇ ਕਹਿੰਦੇ ਨੇ ਬਿਜਲੀ ਫ੍ਰੀ ਕਰਾਂਗੇ, ਪੈਸੇ 2000 ਦੇਵਾਂਗੇ, ਕੋਈ ਕਹਿੰਦਾ 1000 ਦੇਵਾਂਗੇ। ਇਹ ਕੋਈ ਨੌਕਰੀ ਦੀ ਗੱਲ ਨਹੀਂ ਕਰ ਰਿਹਾ ਹੈਗਾ ਹੁਣ ਤੱਕ ਵੀ ਅਸੀਂ ਨੌਕਰੀ ਦੇਵਾਂਗੇ, ਕਿਉਂਕਿ ਸਾਨੂੰ 1000 ਦੀ ਲੋੜ ਨਹੀਂ ਹੈਗੀ, ਸਾਨੂੰ ਨੌਕਰੀ ਦੀ ਲੋੜ ਹੈਗੀ। ਬਿੱਲ ਪੈਸੇ ਅਸੀਂ ਆਪੇ ਬਿੱਲ ਵੀ ਭਰਾਂਗੇ ਜੋ ਸਾਨੂੰ ਨੌਕਰੀ ਹੋਊਗੀ। ਸਾਨੂੰ ਹੁਣ ਤੱਕ ਤਾਂ ਦਿੱਤਾ ਨਹੀਂ, ਮੇਰੀ 45 ਸਾਲ ਦੀ ਉਮਰ ਹੋ ਗਈ, ਹੁਣ ਤੱਕ ਸਾਨੂੰ ਸੁਖਬੀਰ ਨੇ 2000 ਨੂੰ ਦਿੱਤਾ। ਕੇਜਰੀਵਾਲ ਨੂੰ ਦੇਖ ਕੇ ਹੀ ਕਿਉਂ ਕਹਿਤਾ? ਪਹਿਲਾਂ ਨਵਜੋਤ ਸਿੰਘ ਸਿੱਧੂ ਕਿੱਥੇ ਸੀ? ਇਸੇ ਪੰਜਾਬ 'ਚ ਜੰਮਿਆ, ਇੱਥੇ ਹੀ ਪਲਿਆ, ਇੱਥੇ ਹੀ ਖੇਡਿਆ, ਇੱਥੇ ਹੀ ਸਾਰਾ ਕੁਛ ਕੀਤਾ ਹੈ। ਪੰਜਾਬ ਦਾ ਹੀ ਬੱਚਾ ਹੋ ਕੇ ਉਹਨੂੰ ਉਦੋਂ ਪਹਿਲਾਂ ਨਹੀਂ ਸੀ ਪਤਾ ਵੀ ਮੈਂ ਸਕੂਟਰੀਆਂ ਦੇ ਰਿਹਾ ਕੁੜੀਆਂ ਨੂੰ, ਪਹਿਲਾਂ ਨਹੀਂ ਸੀ ਪਤਾ ਵੀ ਕੋਈ ਚੰਗੀ ਐਜੂਕੇਸ਼ਨ ਦੇ ਰਹੀ ਹੈ ਅਸੀਂ ਪੰਜਾਬ ਨੂੰ, ਕਿਉਂ ਸਾਡੇ ਪੰਜਾਬ ਨੂੰ ਜਮ੍ਹਾਂ ਜ਼ੀਰੋ ਕਰਕੇ ਰੱਖਿਆ ਹੋਇਆ ਇਹਨਾਂ ਨੇ। ਅਸੀਂ ਤਾਂ ਇਹ ਕਹਿੰਦੇ ਵੀ ਸਾਰੇ ਬੱਚਿਆਂ ਦੇ ਸਕੂਲ ਲੱਗਣੇ ਚਾਹੀਦੇ ਨੇ, ਵੀ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਨੇ, ਪ੍ਰਾਈਵੇਟ ਸਾਰੇ ਚੱਕਣੇ ਚਾਹੀਦੇ ਨੇ, ਵੀ ਅਸੀਂ ਕਿੱਥੋਂ ਫੀਸਾਂ ਭਰੀਏ, ਕਿੱਥੋਂ ਬੱਚਿਆਂ ਨੂੰ ਟਿਊਸ਼ਨਾਂ 'ਤੇ ਲਾ ਕੇ, ਪਹਿਲਾਂ ਅਸੀਂ ਟਿਊਸ਼ਨਾਂ 'ਤੇ ਲਾਉਣਾ, ਹੁਣ ਦੇਖ ਲਓ ਉੱਟਾ 3-3 ਮੋਬਾਈਲ ਅਸੀਂ ਕਿੱਥੋਂ ਲਈਏ, ਹੁਣ ਅਸੀਂ ਕਿਹੜਾ ਨੌਕਰੀਆਂ ਦੇ, ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆਗੇ। ਸਾਨੂੰ ਕਿਸੇ ਹਜ਼ਾਰ ਦੀ ਲੋੜ ਨਹੀਂ ਹੈਗੀ, ਸਾਨੂੰ ਤਾਂ ਸਰਕਾਰੀ ਨੌਕਰੀਆਂ ਚਾਹੀਦੀਆਂ ਨੇ ਬੱਚਿਆਂ ਨੂੰ, ਸਰਕਾਰੀ ਸਕੂਲ ਹੋਣੇ ਚਾਹੀਦੇ ਨੇ ਸਾਰੇ ਵੱਡੇ ਮੁਲਾਜ਼ਮਾਂ ਦੇ ਅਤੇ ਗਰੀਬਾਂ ਦੇ ਇੱਕ ਥਾਵੇਂ ਪੜ੍ਹਨੇ ਚਾਹੀਦੇ ਨੇ। ਉਦੋਂ ਨਾ ਸਾਡੇ ਕੋਈ ਧਰਨਿਆਂ 'ਚ ਆਇਆ ਇਹ, ਕੋਈ ਪਾਰਟੀਆਂ ਵਾਲੇ ਹੁਣ ਸਾਡੇ ਪਿੰਡ 'ਚ ਕਿਵੇਂ ਆਉਂਦੇ ਨੇ ਵੋਟਾਂ ਮੰਗਣ? ਉਹਦੇ ਨਾਲ ਸਾਡੀ ਕਿਸੇ ਨੇ ਜਾਤ ਪੁੱਸੀ ਆ ਕੇ ਵੀ ਅਸੀਂ ਉੱਥੇ ਸੜਕਾਂ 'ਤੇ ਰੁਲਦੇ ਸੀ, ਸਾਡੀਆਂ ਮਾਵਾਂ ਭੈਣਾਂ ਸਾਰੇ ਬੱਚੇ ਵੀ ਰੁਲੇ ਨੇ, ਮਰੇ ਵੀ ਨੇ ਤੁਹਾਡੇ ਸਾਹਮਣੇ ਸਾਡੇ। ਪੰਜਾਬ 'ਚ ਪਹਿਲੀ ਵਾਰੀ ਹੋਇਆ ਜਿਹੜਾ ਕਿ ਕੋਈ ਸਰਕਾਰ ਤਾਂ ਹੈਗੀ ਜਿਹੜੀ ਸਟੂਡੈਂਟ ਦੇ ਹੱਕ 'ਚ ਬੋਲ ਰਹੀ ਆ, ਨਹੀਂ ਤਾਂ ਅੱਜ ਤੱਕ ਇੱਦਾਂ ਸੁਣਿਆ ਨਹੀਂ ਸੀਗਾ ਕਦੇ ਵੀ ਸਟੂਡੈਂਟ ਨੂੰ ਵੀ ਉਹਨਾਂ ਦੇ ਹੱਕ ਮਿਲਣਗੇ। ਕਿਹਾ ਤਾਂ ਬਹੁਤ ਜਾਣੇ ਨੇ ਆ ਬਟ ਦਿੱਤਾ ਕਿਸੇ ਨੇ ਨਹੀਂ ਆ। ਅਸੀਂ ਵੀ ਅੱਜ ਤੱਕ ਹੁਣ ਪੜ੍ਹਦੇ ਹੀ ਆ ਰਹੇ ਹਾਂ, ਕਿਹਾ ਬਹੁਤ ਸਰਕਾਰਾਂ ਨੇ ਅਸੀਂ ਵਜ਼ੀਫੇ ਦੇਵਾਂਗੇ ਸਰਕਾਰੀ ਸਕੂਲਾਂ 'ਚ ਵੀ ਪੜ੍ਹੇ ਹਾਂ ਅਸੀਂ, ਪ੍ਰਾਈਵੇਟ 'ਚ ਵੀ, ਨਾ ਸਾਨੂੰ ਉੱਧਰ ਸਹੂਲਤਾਂ ਮਿਲੀਆਂ ਅਤੇ ਨਾ ਹੀ ਸਾਨੂੰ ਉੱਧਰ ਮਿਲੀਆਂ। ਸਾਨੂੰ ਤਾਂ ਜੀ 1000 ਰੁਪਏ ਦੀ ਕੋਈ ਜ਼ਰੂਰਤ ਨਹੀਂ ਹੈਗੀ, ਪਹਿਲਾਂ ਕਿਹੜਾ ਸਾਨੂੰ ਪੈਸੇ ਮਿਲੇ ਨੇ? ਸਾਡੇ ਤਾਂ ਜੱਟਾਂ ਬਾਰੇ ਐਂ ਕਹਿ ਦਿੰਦੇ ਨੇ ਵੀ ਅਸੀਂ ਫਾਰਮ ਭਰਦੇ ਹਾਂ, ਜੱਟਾਂ ਵੀਰੀ ਕਹਿੰਦੇ ਤੁਸੀਂ ਜ਼ਮੀਨਾਂ ਵਾਲੇ ਹੋ, ਤੁਹਾਡਾ ਕੁਛ ਨਹੀਂ ਹੁੰਦਾ, ਸਾਡੇ ਕਿਹੜਾ ਜੀ 2-2 ਕਿੱਲੇ ਜ਼ਮੀਨਾਂ ਦੇ ਨੇ, 3-3 ਸਾਡੇ ਬੱਚੇ ਪੜ੍ਹਦੇ ਨੇ। ਹੁਣ ਸਕੂਲ ਬੰਦ ਕਰਤੇ ਸੀ ਇਹਨਾਂ ਨੇ, ਇਹ ਕਹਿੰਦੇ ਵੀ 3-3 ਬੱਚੇ ਨੂੰ ਅਸੀਂ ਮੋਬਾਈਲ ਕਿੱਥੋਂ ਲਿਆ ਕੇ ਦਈਏ ਜੀ ਇਹਨਾਂ ਨੂੰ।